ਐਡਮੰਟਨ ਵਿੱਚ ਸੋਮਵਾਰ ਨੂੰ ਪੁਲਿਸ ਵੱਲੋਂ ਇੱਕ ਹਥਿਆਰਬੰਦ ਵਿਅਕਤੀ ਉੱਤੇ ਗੋਲੀ ਚਲਾਏ ਜਾਣ ਕਾਰਨ ਇਸ ਮਾਮਲੇ ਦੀ ਜਾਂਚ ਲਈ ਅਲਬਰਟਾ ਸੀਰੀਅਸ ਇਨਸੀਡੈਂਟ ਰਿਸਪੌਂਸ ਟੀਮ ਨੂੰ ਸੱਦਾ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਸੋਮਵਾਰ ਸਵੇਰੇ ਕਰੀਬ 10:30 ਵਜੇ 137 ਐਵਨਿਊ ਅਤੇ 50 ਸਟਰੀਟ ਦੇ ਖੇਤਰ ਵਿੱਚ ਹਥਿਆਰ ਸੰਬੰਧੀ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ਦੇ ਚੱਲਦੇ ਘਟਨਾ ਸਥਲ 'ਤੇ ਪਹੁੰਚੇ ਅਧਿਕਾਰੀਆਂ ਨੇ ਉੱਥੇ ਇੱਕ ਆਦਮੀ ਨੂੰ ਦੇਖਿਆ ਜਿਸ ਕੋਲ ਲੰਬੀ ਪੈਰਲ ਬੰਦੂਕ ਸੀ ਅਤੇ ਜਦੋਂ ਆਦਮੀ ਨੇ ਵੇਖਿਆ ਕਿ ਪੁਲਿਸ ਪਹੁੰਚ ਚੁੱਕੀ ਹੈ ਤਾਂ ਉਸਨੇ ਆਪਣੀ ਬੰਦੂਕ ਅਧਿਕਾਰੀਆਂ ਵੱਲ ਮੋੜ ਲਈ। ਪੁਲਿਸ ਨੇ ਇਸ ਆਦਮੀ ਤੇ ਕਈ ਗੋਲੀਆਂ ਚਲਾਈਆਂ ਜਿਸ ਕਾਰਨ ਜ਼ਖਮੀ ਹੋਏ ਇਸ ਆਦਮੀ ਨੂੰ ਹਸਪਤਾਲ ਲਿਜਾਇਆ ਗਿਆ।